चलो कोई गल नी भैन जी, जवाकां दा की आ, हुण लड़े ने, शाम नूं फिर कट्ठे हो जाणा। मैं माफी मांगदा तुहाडे कोलों। घरे बन्न के रख्या कर अपने पिट बुल नूं, जणे खणे दे ग्रिप लाउंदा फिरदा। जिहो जी खून पीणी मां, उह जिहा खून पीना पुत। वेखदी की आ हुण, धर ला चाह। धरला चाह? तू मंग ला जाके माफी ओहदे तों। तेरे ते यरा कंजरा। ਬਾਈ ਕੀ ਰੌਲਾ ਪਾਇਆ ਯਾਰ? ਤੂੰ ਤਿਆਰ ਹੋਲਾ ਵੱਡੀ ਸ਼੍ਰੀ ਦੇਵੀ, ਤੇਰੇ ਹਾਰ ਸ਼ਿੰਗਾਰ 'ਚ ਨਾ ਕੋਈ ਕਮੀ ਰਹਿ ਜੇ। ਸਵੇਰੇ ਸਵੇਰੇ ਸੱਜ ਵਿਆਹੀ ਵਾਂਗੂ ਪਤਾ ਨਹੀਂ ਕਿਹੜੀ ਕਲੀ ਕੁਚੀ ਮੂੰਹ 'ਤੇ ਥੱਪਣ ਬਹਿ ਜਾਂਦਾ। ਆਹੋ, ਤੁਹਾਨੂੰ ਬੜਾ ਪਤਾ ਇਹਨਾਂ ਚੀਜ਼ਾਂ ਦਾ, ਅਨਪੜ੍ਹ ਲੋਕ। ਚਿਕਨ ਚਿਕਨ ਪੋਲ। ओ आ जा यार। ओ आ गया उस्ताद, आ गया। मड़ी गोरा होने की क्रीम तो ला लेंदे यार। तू मच, तैनू क्रीम दी की लोड़ है? तू ते परियां तो भी सोना है। नाले गल सुन, बहुती वेट वूट ना कराया कर, मैनू वेट वूट करन दी आदत है नहीं। पिंकी होनी निकल जानी है। ओए पुल, ओ जांदी तेरी काली नागनी, ते नाल इक भिंडी जी भी हैगी। खोरे मेरी गल गुल मांजे किते। चल, चल फिर। ਕਿਵੇਂ ਖੰਡ? ਵਧੀਆ। ਹਾਏ, ਤੂੰ ਇੱਥੇ ਕਿਵੇਂ? ਬਸ ਜਿੱਥੇ ਫਲ ਉੱਥੇ ਭਰੇ। ਜੇ ਕਿਤੇ ਸਾਨੂੰ ਵੀ ਕੋਈ ਹਾਂ ਹੂੰ ਕਰਦੇ ਨਾ, ਤੇ ਅਸੀਂ ਵੀ ਕਿਸੇ ਜੋਗਾ ਮਹਿਲ ਮੂਲ ਬਣਾ ਦਈਏ। ਜਿਹੜੇ ਸਰਕਾਰੀ ਲੋਨ ਲੈ ਕੇ ਦੋ ਕੋਠੇ ਪਾਇਆ, ਉਹਨਾਂ ਦੀ ਛੱਤ ਲਵਾ ਲਾ, ਲੋਕਾਂ ਵਾਸਤੇ ਮਹਿਲ ਮੂਲ ਬਾਅਦ 'ਚ ਬਣਾਉਂਦਾ ਫਿਰੀ। ਬੋਲੇ ਚੱਲੀਏ ਯਾਰ, ਲੇਟ ਹੋਈ ਜਾਂਦੇ। ਚੱਲ ਰਾਤ ਨੂੰ ਗੱਲ ਕਰਦੇ ਫਿਰ। ਹਾਂ, ਆਇਆ ਵੱਡਾ ਮੈਨੂੰ ਪ੍ਰਪੋਜ਼ ਕਰਨ ਵਾਲਾ, ਇਹ ਜੇ ਛੱਤੀ ਵੇਖਿਆ। ਚੰਗਾ ਠੀਕ ਹੈ, ਫਿਰ ਮੇਰੀ ਬੱਸ ਆਉਂਦੀ ਆ। ਚੱਲ ਠੀਕ ਹੈ, ਫਿਰ ਕੱਲ੍ਹ ਮਿਲਦੇ ਹਾਂ। ਓਕੇ ਬਾਏ। ਓਏ, ਉਹ ਵੇਖ, ਲਵਲੀ ਕੱਲੀ ਬੈਠੀ ਹੋ। ਜੇ ਹੁਣ ਬੇਇੱਜ਼ਤੀ ਹੋ ਵੀ ਗਈ ਨਾ, ਤੇ ਪਿੰਕੀ ਨੂੰ ਕਿਹੜਾ ਪਤਾ ਲੱਗਣਾ। ਚੱਲ ਇੱਕ ਟਰਾਈ ਹੋਰ ਮਾਰ ਕੇ ਦੇਖਦੇ। ਦੇਖ ਵੀਰ, ਮੈਥੋਂ ਤਾਂ ਵਾਰੀ ਵਾਰੀ ਬੇਇੱਜ਼ਤੀ ਕਰਾਈ ਨਹੀਂ ਜਾਂਦੀ। ਤੂੰ ਜਾ ਕੱਲਾ, ਮੈਂ ਤਾਂ ਆ ਬੈਠਾ। ਵੇਖ ਫੁਕਰਾ, ਕੀ ਤਕਲੀਫ ਆ? ਤਕਲੀਫ ਤਾਂ ਜੀ ਮੈਂ ਤੁਹਾਨੂੰ ਸਾਰੀ ਦੱਸਤੀ। ਮੈਂ ਇੰਨਾ ਵੀ ਨਹੀਂ ਮਾੜਾ ਹੈਗਾ ਜਿੰਨਾ ਲੋਕ ਮੈਨੂੰ ਕਹਿੰਦੇ। ਚੰਗੇ ਭਲੇ ਘਰੇ ਹਾਂ ਮੈਂ। ਲੱਗਦਾ ਹਾਲੇ ਤੇਰਾ ਦਿਮਾਗ ਸੈੱਟ ਹੋਇਆ ਨਹੀਂ। ਸੈੱਟ ਕਰ ਦਿਓ ਜੀ ਫਿਰ ਵੀਰੇ।
क्यों ए चड़ी जी गिच्ची वाले आ वीरे रिक्वेस्ट है एक मुंह देना मारियो आ के नू बकरे वांगू टार ये तो अपने वाले ही आ मैं तो पहले क्या सी हूँ जो रब करता ठीक है खाई चल कुछ नहीं होता यार बड़ी टेंशन खाचे ना तू ये पतंदर अगे ही बैठा ओ प्रभु थोड़ा जैसे धाव के तुर साले छत्तर मेरे वजे है तेरे नहीं वजे ते बबैया यार की ठक ठक जी लाई है यार तू कई दिन तो मंजा टेढ़ा सीगा मैं क्या साले दी चूल ठोक के सदा कर दिया हाँ हाँ ठीक है थोड़ा जल्दी ठीक कर दे मंजा थके बहुत असि जाके सोना भी है आ जाए यार अब वेले थोड़े असि जदन साले हो किसी दे धक्के चढ़ गए ना ताड़ी थकावट चंगी तरह ला देंगे साले फुकरे ले भाभी रोटी पा दे फिर दबदब बस पांच मिनट रुक जा मेरे लाड लिया दियो ना रोटी बनी पई है सब्जी बन लैन दे ठीक है ना कादी सब्जी थाली च पा के रोटी फड़ा दे इनू बूथे नाल आला खांदा रहूगा आ जेड़ा मन मन पाउडर मलिया एक दिन काम होना ले भाभी देख ला हुण बेपोले इनू की पता टॉर्च किन्नी दा तीन तीन दिन तो यह नहाँदा नहीं दूजे की टॉर्च किन्नी है तो जरी नहीं जाती आ वेख लो वड्डी मिस पंजाबण शकल नहीं वेखदी अपनी जिवें पाथी ते किसी ने घसुण मारिया हुंदा तुसी सारे बाद च लड़ियो पहला मैनू रोटी दे दो आ पा दे अपने पेट बोल नू एवें बाहर किते जाके ग्रिप लाउंदा फिरूगा चाची जे मैं पिट बुल होया तां मेरा पापा की होया ਵੱਡਾ ਪਿਟਬਲ ਹੋਰ ਆ ਵੇਖ ਕਿਵੇਂ ਦੰਦ ਕੱਢਦੀ ਆ ਦੰਦ ਕੱਢਣੇ ਆਉਂਦੇ ਤੈਨੂੰ ਪਾ ਰੋਟੀ ਭਾਵੇਂ ਪਾ ਦੇ ਰੋਟੀ ਮੈਂ ਤਾਂ ਮੈਂ ਖਾਵਾਂ ਵਾਹ ਰੂਹ ਪਾਪੀ ਸਬਜ਼ੀ ਬਹੁਤ ਸਵਾਦ ਬਣੀ ਹੈ ਚੱਲ ਪੁੱਤ ਤੈਨੂੰ ਪਸੰਦ ਆਈ ਨਾ ਮੈਨੂੰ ਤਾਂ ਉਹ ਹੀ ਨਹੀਂ ਪਸੰਦ ਕੱਲਾ ਓਏ ਉਹ ਤਾਂ ਕਿਸੇ ਨੂੰ ਵੀ ਨਹੀਂ ਕਰਦਾ ਭੋਲੇ ਹੋਰ ਕੀ ਮੱਚੇ ਰਹਿੰਦਾ ਪਾਪੀ ਅੱਖਾਂ ਹੀ ਕੱਢੀ ਜਾਂਦਾ ਮੈਂ ਤਾਂ ਉੱਤੇ ਜਾਂਦਾ ਬਿੱਲ ਰੋਟੀ ਲੈ ਜਾ ਹੋਰ ਫਿਰ ਪੰਜ ਧਰ ਦੇ ਇਹ ਲੈ ਫੜ ਹੋਰ ਨਹੀਂ ਮਾਣ ਆਪਾਂ ਲੈ ਰੋਟੀ ਲੈ ਕੇ ਵੀ ਚੁਬਾਰੇ ਤੇ ਚੜ ਗਿਆ ਜਿਵੇਂ ਪਰੀਆਂ ਡੀਕਦੀਆਂ ਇਹਨੂੰ ਚੁਬਾਰੇ ਤੇ ਟੇਕ ਕੇ ਰੋਟੀ ਵੀ ਨਹੀਂ ਖਾਧੀ ਜਾਂਦੀ ਹੈ ਦੇਖੋ ਵੇ ਚੱਲ ਚੁੱਪ ਕਰ ਖਾ ਲੈਣ ਦੇ ਜਵਾਕ ਨੂੰ ਰੋਟੀ ਆਹ ਫੜੋ ਰੋਟੀ ਖਵਾ ਦਿਓ ਪੁੱਤ ਮੇਰੇ ਨੂੰ ਇੱਥੇ ਠੀਕ ਆ ਨਾ ਚਿੱਕ ਚਿੱਕ ਨਾ ਕੁਛ ਆ ਯੂ ਨਹੀਂ ਯਾਰਾ ਰੋਟੀ ਖਾਂਦਾ
ਤੈਨੂੰ ਆਉਣ ਵਾਸਤੇ ਰੱਖਿਆ ਭਰਾਵਾ। ਘੰਟੀ ਘੁੰਟੀ ਨਾ ਬੰਦ ਹੋ ਗਈ ਹੋਵੇ, ਇਸ ਵੇਲੇ ਜੇ ਕਰਦੀ ਤਾਂ ਹੁੰਦੀ ਹੈ ਯਾਰ। ਮੈਨੂੰ ਕਿੰਨਾ ਲਵ ਯੂ ਕਰਦੀ ਤੂੰ ਮੈਨੂੰ, ਆ ਚੱਕ ਚੁੰਮੀ ਤੇ ਆ ਚੱਕ ਅੱਖ। ਇਹ ਭਾਬੀ ਦਾ ਡਾਇਲੋਗ ਆ ਸਾਡੀ ਦਾ, ਹੋਰ ਭਾਬੀ ਤਾਂ ਲੱਗਦੀ ਆਪਣੀ। ਅੱਛਾ ਮੇਰੀ ਗੱਲ ਸੁਣ, ਅੱਜ ਨਾ ਘਰੇ ਕੋਈ ਨਹੀਂ ਹੈਗਾ, ਤੂੰ ਆ ਜੀ ਅੱਛਾ ਮਿਲਣ ਲਈ। ਹੈ ਆਉਣਾ? ਉਹ ਤੂੰ ਆਰਡਰ ਛੱਡ ਕਿੰਨੇ ਵਜੇ ਆਉਣਾ? 10 ਵਜੇ ਆ ਜੀ ਚਵਾਰੇ ਤੇ। 10 ਵਜੇ? ਉਹ ਮੈਂ 9 ਵਜੇ ਹਾਜ਼ਰ ਹੋ ਜੀ, ਤੂੰ ਗਲਤ ਕਰ ਰਿਹਾ। ਚੱਲ ਆ ਜੀ ਆ ਜੀ। ਤੂੰ ਬਸ ਆਪਣਾ ਕੁੱਤਾ ਬਣ ਕੇ ਰੱਖੀ ਯਾਰ, ਘੂਰਦਾ ਹੀ ਰਹਿੰਦਾ ਮੇਰੇ ਭਰਾ ਵਾਂਗੂ। ਠੀਕ ਆ ਠੀਕ ਆ, ਮੈਂ ਹੁਣ ਇੱਕ ਵਾਰੀ ਰੈਡੀ ਹੁੰਦਾ। ਠੀਕ ਆ, ਫੋਨ ਕੱਟ ਛੇਤੀ। ਨੌ ਛੇ ਦੀ ਵਜਾ ਦੇ। ਸੱਤੇ ਪਏ ਸਾਰੇ। ਅੱਠ 55 5 ਮਿੰਟ ਰਹਿ ਗਏ। ਛੋਟੂ ਚਾਚਾ ਕਿੱਥੇ ਹੋ ਤੇਰਾ? ਛੋਟੂ ਕਿਨੂੰ ਕਿਹਾ ਹੋਇਆ? ਮੇਰਾ ਨਾਮ ਤੋਤਾ ਸਿੰਘ ਆ। ਜਾਨਵਰ ਆ ਜਿਆ ਜਾ ਦੇਖ ਲਾ ਚਾਰੇ ਤੇ ਪਿਆ ਹੋਣਾ ਪਾਊਡਰ ਕਰੀਮ ਥੱਪੀ। ਲੈ ਤੋਤਾ ਵੀ ਤੇ ਜਾਨਵਰ ਹੀ ਹੁੰਦਾ, ਸਾਲੇ ਮੈਨੂੰ ਆਖੀ ਜਾਂਦੇ। ਤੋਤਾ ਪੰਛੀ ਹੁੰਦਾ। ਓਏ ਪਿੰਕੀ ਨੂੰ ਮਿਲ ਕੇ ਆਇਆ ਤੂੰ? ਹਾਂ ਪਿੰਕੀ ਨੂੰ ਮਿਲਿਆ ਤੇਰਾ ਭਾਈ। ਦੱਸ ਫਿਰ ਕੀ ਹੋਇਆ? ਤੇਰੀ ਭਾਬੀ ਨੇ ਮੈਨੂੰ 9 ਵਜੇ ਫੋਨ ਕੀਤਾ। ਆਪਾਂ ਤਿਆਰ ਹੋ ਗਏ, ਸਹੀ 9 ਵਜੇ ਪਿੰਕੀ ਦੇ ਘਰ ਅੱਗੇ ਪਹੁੰਚ ਗਏ। ਉਹਨਾਂ ਦੀ ਕੰਧ ਟੱਪੀ, ਤੇਰੀ ਭਰਜਾਈ ਕੋਲ ਪਹੁੰਚਿਆ, ਉਹਨੇ ਮੈਨੂੰ ਦੇਖਿਆ, ਮੈਂ ਉਹਨੂੰ ਦੇਖਿਆ, ਉਹ ਮੇਰੇ ਨੇੜੇ ਹੋਈ, ਮੈਂ ਉਹਦੇ ਨੇੜੇ ਹੋਇਆ। ਬਸ ਜਿਵੇਂ ਪੱਪੀ ਕਰਨ ਲੱਗਿਆ, ਕਰ ਲਈ ਪੱਪੀ ਫਿਰ? ਕਿੱਥੇ ਭਰਾਵਾ, ਉਹਨਾਂ ਦਾ ਕੁੱਤਾ ਮੇਰੀ ਪੱਪੀ ਕਰ ਗਿਆ ਲੱਤ ਤੇ। ਕੁੱਤਾ? ਹਾਂ ਕੁੱਤਾ। ਉਸਤਾਦ ਕੀ ਦੱਸਾਂ, ਮੈਂ ਜਿਵੇਂ ਪਿੰਕੀ ਕੀ ਕੰਧ ਤੇ ਚੜਿਆ, ਪਿੰਕੀ ਕਾ ਕੁੱਤਾ ਸਾਹਮਣੇ ਸੀ, ਮੈਂ ਐਡਾ ਕਮਲਾ ਪਿੰਕੀ ਦੀਆਂ ਫਿਲੀਆਂ ਚੱਕਦਾ ਰਿਹਾ ਤੇ ਉਹਨਾਂ ਦਾ ਕੁੱਤਾ ਮੇਰੀ ਲੱਤ ਦੀ ਫਿਲਿੰਗ ਚੱਕ ਗਿਆ। ਓਏ ਤੇਰੇ ਵਰਗੇ ਰਾਂਝਿਆਂ ਦਾ ਨਾ ਆਹੀ ਹਾਲ ਹੁੰਦਾ, ਉਹਨੇ ਕੰਨ ਪੜਵਾਏ ਹੀ, ਹੁਣ ਤੇਰਾ ਢਿੱਡ ਪਾਟੂਗਾ, 14-14 ਟੀਕੇ ਲੱਗਣੇ ਤੇਰੇ 14 ਟੀਕੇ। ਉਹ ਕਿਵੇਂ ਬਾਈ? ਮੇਰੇ ਨਾਲ ਚੱਲ, ਤੇਰੇ ਲਵਾਉਣਾ 14 ਟੀਕੇ, ਨਾਲੇ ਕਰਾਉਣਾ ਤੇਰੇ ਪੱਟੀ। ਚਲੋ ਉੱਠ ਬਾਈ, ਮੈਨੂੰ ਨਾਲ ਨਾਲ ਚੱਲ ਫੜ ਕੇ।
हाय हाय बे बोले बे तेरे गिट्टे जो खून निकल ही जांदा बे तेनू रातों रात की हो गया ओ कुछ नहीं भाभी कल मोटरसाइकिल तो डिग पे हैं ते आज खून निकल लग गया आ पट्टी ग्राउंड च ले मारी हाय हाय वे छेती जा विक्की बोले अच्छा मोटरसाइकिल कदों दे कंधा ते चढ़ के दंदी वड्डन लग गए न की मतलब तेरा मतलब ता जां फिर रब जानदा ते जां फिर ए जानदे ने आए बे छेती पीड़ो लगी आजा बे बे छेती जाओ बे बे बाकी गल्ला आके कर लियो जा दवाई दवा लिया उनू जल्दी जा ਉਸਤਾਦ ਆਪਾਂ ਕੱਚੇ ਰਾਹ ਲੈ ਲਈਏ ਇੱਧਰ ਪੱਕੇ ਪੱਕੇ ਪੁਲਿਸ ਖੜੀ ਹੁੰਦੇ ਤੇ ਐਵੇਂ ਨਾ ਚਲਾਣ ਕਰਾ ਲਈ ਆਪਾਂ ਉਹ ਭੋਲੇ ਯਾਰ ਟੈਨਸ਼ਨ ਕੋਈ ਨਾ ਜਿੰਨਾ ਚਿਰ ਮੈਂ ਬੈਠਾ ਨਾ ਮੋਟਰਸਾਈਕਲ ਤੇ ਹੈ ਕਿਸੇ ਦੀ ਹਿੰਮਤ ਕੋਈ ਚਲਾਣ ਕੱਢ ਜੂ ਫੁਕਰਾ ਅੱਛਾ ਚੱਲ ਫਿਰ ਕਿੱਧਰ ਮੂੰਹ ਚੱਕਿਆ ਪੱਟੀ ਕਰਾਉਣ ਚੱਲੇ ਹਾਂ ਜੀ ਕਰ ਦਿੰਦੇ ਪੱਟੀ ਵੀ ਕਾਗਜ਼ ਪੱਤਰ ਕੱਢੋ ਕਾਗਜ਼ ਤੇ ਜੀ ਕਾਲੀ ਕਾਲੀ ਚ ਘਰ ਰਹਿ ਗਏ ਉਸਤਾਦ ਕੀ ਕਹਿੰਦੇ ਆ ਜਨਾਬ ਕਾਗਜ਼ ਪੱਤਰ ਘਰੇ ਰਹਿ ਗਏ ਕਿਵੇਂ ਕਰੀਏ ਕਰਨਾ ਕੀ ਆ ਸਲਾਂ ਦਾ ਕੱਟੋ ਚਲਾਣ ਉਤਰੋ ਥੱਲੇ ਤੂੰ ਤਾਂ ਕਹਿੰਦਾ ਮੇਰੇ ਚਾਲੀ ਬੜੀ ਉੱਪਰ ਦੀ ਆ ਕਰਾ ਤਾ ਉਹੀ ਕੰਮ ਉੱਚੀ ਅੱਡੀ ਦੀ ਕਟਿੰਗ ਵਾਲਿਆ ਹੈਲੋ ਹਾਂ ਪਿੰਕੀ ਜਾਵੇ ਝੁੱਠਿਆ ਮੈਂ ਨਹੀਂ ਤੇਰੇ ਨਾਲ ਬੋਲਦੀ ਕਿਉਂ ਕਾਹਤੋਂ ਖੰਡ ਰਾਤ 9 ਵਜੇ ਦਾ ਕਹਿ ਕੇ ਆਪ ਮਿਲਣ ਨਹੀਂ ਆਇਆ ਮੈਂ ਸਾਰੀ ਰਾਤ ਡੀਕਦੀ ਰਹੀ ਲੈ ਕਮਲੀਏ ਤੂੰ ਬੁਲਾਵੇਂ ਤਾਂ ਮੈਂ ਆਵਾਂ ਨਾ ਇਹ ਕਿਵੇਂ ਹੋ ਸਕਦਾ ਮੈਂ ਤਾਂ ਸਹੀ 9 ਵਜੇ ਤੇਰੇ ਘਰ ਮੂਹਰੇ ਆ ਗਿਆ ਸੀਗਾ ਜੇ ਘਰ ਦੇ ਸਾਹਮਣੇ ਖੜਾ ਸੀ ਤਾਂ ਆਇਆ ਕਿਉਂ ਨਹੀਂ ਅੰਦਰ ਆ ਜਾਣਾ ਸੀ ਉਹ ਮੈਂ ਤਾਂ ਸਹੀ ਟਾਈਮ ਤੇ ਤੇਰੇ ਕੋਲ ਪਹੁੰਚ ਗਿਆ ਸੀਗਾ ਉਹ ਜਿਹੜਾ ਗੇਟ ਤੇ ਤੂੰ ਮੇਰਾ ਸਾਲਾ ਬੰਨ ਰੱਖਿਆ ਮੇਰਾ ਗਿੱਟਾ ਖਾ ਗਿਆ ਹੁਣ ਮੈਂ ਤੜਕੇ ਡਾਕਟਰ ਕੋਲ ਗਿਆ ਸੀ ਤੇ ਉਹ ਡਾਕਟਰ ਕਹਿੰਦਾ ਵੀ 14 ਟੀਕੇ ਲੱਗਣਗੇ 14 ਟੀਕੇ ਤੇ ਹੋਰ ਕਮਲਿਆ ਤੈਨੂੰ ਕੁੱਤੇ ਨੇ ਨੀ ਵੱਢਿਆ ਕੰਨ ਚ ਲੱਗੀ ਕਿਲ ਚ ਤੇਰਾ ਪਜਾਮਾ ਫਸਿਆ ਵੇਖਿਆ ਕੁੱਤਾ ਤਾਂ ਮੈਂ ਰਾਤ ਬੰਨਤਾ ਸੀ ਹਾਏ ਓਏ ਸੱਚੀ ਤੂੰ ਫੋਨ ਕੱਟ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਪੁੱਤ ਧਰ ਲੋ ਚਾਹ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਧੀਏ ਆ ਧਰ ਲੋ ਚਾਹ ਧਰ ਦਈਏ ਚਾਚਾ ਜੀ ਪੈਰੀ ਪਹਿਨਾ ਮਾਸੜਾ ਪੈ ਲਿਆ ਧਰ ਲੋ ਚਾਹ ਸਾਡੇ ਘਰ ਚ ਸਭ ਤੋਂ ਨਿਕੰਮਾ ਵਾ ਹੋਰ ਚਾਚਾ ਪਿੰਡ ਦੀ ਸੁਣਾ ਕੀ ਹਾਲ ਆ ਪਿੰਡ ਪੁੱਤ ਖੈਰ ਸੁੱਖ ਹੈ ਧਰ ਲੋ ਚਾਹ ਵੀਰੋ ਧਰ ਲੋ ਚਾਹ ਧਰਤੀ ਚਾਹ ਧਰਤੀ ਹੈ ਵੀ ਪੱਪੀ ਮਾਸੜ ਖਾਸਾ ਹੀ ਸ਼ਕੀਨ ਲੱਗਦਾ ਚਾਹ ਦਾ ਹੈ ਭੋਲੇ ਸ਼ਕੀਨ ਕਿਹਾ ਤਾਂ ਬੜਾ ਕਿਹਾ ਇਹਦੇ ਪਿੱਛੇ ਵੀ ਬੜੀ ਲੰਮੀ ਕਹਾਣੀ ਹੈ ਅੱਛਾ ਕਹਾਣੀ ਸੁਣਾ ਫਿਰ ਯਾਰ ਪਿਛਲੇ ਸਿਆਲਾਂ ਦੀ ਗੱਲ ਹੈ ਜਦੋਂ ਛੋਟੀ ਭੈਣ ਦਾ ਸਹੁਰਾ ਬਿਮਾਰ ਹੋ ਗਿਆ ਬਾਪੂ ਹੁਣਾਂ ਨੇ ਸੋਚਿਆ ਵੀ ਚਾਚਾ ਸਿਆਣਾ ਬੰਦਾ ਕਿਉਂ ਨਾ ਇਹਨੂੰ ਆਪਾਂ ਭੈਣ ਦੇ ਸਹੁਰੇ ਭੇਜ ਦਈਏ ਨਾਲੇ ਬਿਮਾਰ ਬੰਦੇ ਕੋਲੇ ਕੋਈ ਤਾਂ ਸਿਆਣਾ ਬੰਦਾ ਹੋਣਾ ਚਾਹੀਦਾ ਫਿਰ ਕੀ ਚਾਚੇ ਨੇ ਚੱਕਿਆ ਸਾਈਕਲ ਤੇ ਭੈਣ ਕੇ ਸਹੁਰੇ ਜਾ ਵੜਿਆ ਭੈਣ ਕੇ ਸਹੁਰੇ ਜਾ ਵੜਿਆ ਉੱਥੋਂ ਚੱਕਿਆ ਸਾਈਕਲ ਤੇ ਹਸਪਤਾਲ ਜਾ ਵੜਿਆ ਜਦੋਂ ਇਹ ਹਸਪਤਾਲ ਗਿਆ ਉੱਥੇ ਭੈਣ ਦੇ ਸਹੁਰੇ ਨਾਲ ਸਾਰੀ ਰਾਤ ਕੀਤੀਆਂ ਗੱਲਾਂ ਰਾਤ ਨੂੰ ਡਾਕਟਰਾਂ ਨੇ ਕਿਹਾ ਕਿ ਤੁਹਾਡਾ ਬੰਦਾ ਤਾਂ ਪੂਰਾ ਹੋ ਗਿਆ ਤੜਕੇ ਚਾਚੇ ਨੇ ਸੋਚਿਆ ਵੀ ਹੁਣ ਘਰੇ ਜਾ ਕੇ ਮਾੜੀ ਖਬਰ ਦਿੱਤੀ ਤਾਂ ਮੈਂ ਤਾਂ ਚਾਹ ਬੰਨੀ ਹੋ ਰਹਿ ਜੂੰਗਾ ਫਿਰ ਭੋਲੇ ਚਾਚੇ ਨੇ ਲਾਇਆ ਦਿਮਾਗ ਚਾਚੇ ਨੇ ਚੱਕਿਆ ਸਾਈਕਲ ਤੇ ਪੁੱਠਾ ਘਰੇ ਜਾ ਵੜਿਆ ਘਰੇ ਜਿਵੇਂ ਹੀ ਗਿਆ ਦਰਵਾਜ਼ਾ ਖੋਲਿਆ ਤੇ ਗਾਂ ਛੋਟੀ ਫਿਰੇ ਛੋਟੀ ਨੇ ਪੁੱਛ ਲਿਆ ਵੀ ਚਾਚਾ ਬਾਪੂ ਕਿਵੇਂ ਹੈ ਕਹਿੰਦਾ ਭਾਈ ਠੀਕ ਹੈ ਤੂੰ ਧਰ ਲੈ ਚਾਹ ਛੋਟੀ ਨੇ ਚਾਹ ਧਰ ਲਈ ਫਿਰ ਬਈ ਫਿਰ ਕੀ ਡਾਕਟਰਾਂ ਨੇ ਸੋਚਿਆ ਵੀ ਬੰਦਾ ਤਾਂ ਮਰ ਗਿਆ ਹੁਣ ਇਹਦੇ ਆਸੇ ਪਾਸੇ ਤਾਂ ਕੋਈ ਹੈ ਨਹੀਂ ਬੋਡੀ ਤਾਂ ਘਰੇ ਪਹੁੰਚਾਈਏ ਉਹਨਾਂ ਨੇ ਮਾਰਿਆ ਕੱਪੜਿਆਂ 'ਚ ਹੱਥ ਤੇ ਸਮਾਨ ਨਿਕਲਿਆ ਆ ਪਤਾ ਨਿਕਲਿਆ ਆ ਉੱਥੇ ਜਿਵੇਂ ਹੀ ਪਤਾ ਨਿਕਲਿਆ ਆ ਉਹਨਾਂ ਨੇ ਪਾਇਆ ਬੋਡੀ ਨੂੰ ਐਂਬੂਲੈਂਸ ਤੇ ਘਰੇ ਲਿਆਏ ਜਦੋਂ ਘਰੇ ਲਿਆਏ ਤੇ ਛੋਟੀ ਨੇ ਵੇਖੀ ਐਂਬੂਲੈਂਸ ਉਹ ਤਾਂ ਵੇਖ ਕੇ ਤਾਂ ਹਾਂ ਮਾਰਨ ਲੱਗ ਗਈ ਕਹਿੰਦੀ ਹਏ ਬਾਪੂ ਹਏ ਬਾਪੂ ਹਏ ਬਾਪੂ ਚਾਚੇ ਨੇ ਸੋਚਿਆ ਬੰਦਾ ਤਾਂ ਲਿਆਏ ਬੰਦਾ ਤਾਂ ਮਰ ਗਿਆ ਜੇ ਹੁਣੇ ਦੱਸਤਾ ਬੰਦਾ ਮਰ ਗਿਆ ਮੇਰੀ ਚਾਹ ਤਾਂ ਰਹਿ ਗਈ ਚਾਹ ਤਾਂ ਉਬਲ ਗਈ ਬਸ ਕੱਲਾ ਦੁੱਧ ਪਾਉਣ ਵਾਲਾ ਰਹਿ ਗਿਆ ਫਿਰ ਭੁੱਲ ਚਾਚੇ ਨੇ ਲਾਈ ਸਕੀਮ
जाके एम्बुलेंस कोली छोटी नु पता की कहंदा। अच्छा भाई मरिया नहीं, सुन होया है, डॉक्टर ने सुन ला टीका लाया है, 5 मिनट नु फिर उठ खड़ू, तू तर ले जा। होगी गल पूरी, आ पजामे के नहीं भी नंगा मार ले। आ तैनू बड़ा पता है फैशन अज कल दा। ओ बोले मैं भैनू ता मिलया नहीं, मैं भैनू मिलया वा। सत श्री अकाल भैणे। शशिकाल वीरे, शशिकाल। ओ भैणे बेबे भी कहंदी सी ना गुड्डी कोले गया नु किन्ना टाइम हो गया ना, ते मैं खेतां वाल गेड़ा मारा वा। आ देखी चाचना ठेडा मार जी, घंटा हो गया बैठे नू हुण तक नहीं। ओ भाई चाह दा की बनया? हां बोले पुत, तेरी पढ़ाई किवें चलदी है? पढ़ाई दा मसला तेरी चाह वांगू ही आ, मिठा थोड़ा जिहा ज्यादा पालदी आ। मेरा चाच तां फिर लगदा मक्खी डिपियां हुण तक नहीं आई। ओ भाई चाह धर लो। चल मसला, मैं भी चलदा फिर चवारे ते। चढ़ जाओ चढ़ जाओ। कोई चवारे चढ़ गया, कोई खेत नू लंघ गया, बंदे तो इत्थे कोई दस पुछी नहीं। ओ चा पुत्त। हां भी बुगी। ओ मेरा ना पप्पी है यार। वाह भी यार तेरा ना पप्पी है, पर तैनू गल दसा यार, गुस्सा ना करी। नहीं करदा, तेरा नाम लेके ना धर्म ना स्वाद आ जांदा सच्ची, पर जब तेरे मुंह में नहीं देने जी फिर साला कच्चा जा हो जांदा। सालिया तेरे वांगू नहीं, तड़के उठ के ते मुंह ते कली कुची जी मलदा, जी ओदा रंग पक्का ओदे काम भी पक्के ने, झोला चुक दे, तेरे वांगू कच्चे नहीं। ठीक है ठीक है। हाँ हाँ भाई मर दियो इहनू, नहीं तां इहदे कच्चे काम वांगू जिद्दां थोनू कच्चे लाता ना इहने, तां झाकोगे ताठां। रल गए जे श्रीको, गल घुट दे मेरा गल। ओ क्या गल कीती यार भाई ने, वाह वाह वाह। वैसे भोले है केड़ा लीला जा, ये ते ओ गल हो गई, घड़े तो कबला गया चक्या, ते तूफान गया ना डकया, ते लीला लीला हो गई मित्रो। बह जा लंगूर जे। भाई के रिश्तेदार यार, जो जो भाई आप हो जे रिश्तेदार। ओ मेरे ते जेहो जे हैगे ओहो जे हैगे आ, तेरे ते बाने भी नहीं लगदा जेहो जे तेरे लक्षण ने। भोले ए ओही नी कौ आ जिदे बारे तू रात दसदा सी, बखियां सेकियां सी अड्डे ते। भोलिया वेख ला तू पड़दे देड़ी जाना, जदों मैं देड़े ना तेरे को टाकी भी नहीं बजनी फिर। ओ भाई यार मुंह निकल गया। ओ मैं ता गल्ला गल्ला च भुल ही गया सी, आ बेबे ने लड्डू भेजे सी भैन वास्ते। अच्छा। आ भैने बेबे ने भेजे ता किलो सी, नाल तैनू पता है मैं मिठे दा शकीन है ना, आ दो बच्चे खा ली, इन्हां कंजरां नू देण दी लोड़ नहीं। आहो हौली बोल। ओ पुत्त आ चाह घट गई, चाह तां धर लो। चाचा इन्नी बेइज्जती करा ली, होर करवाएगा, चल चलिए। चल चंगा, प्यार तां जिहड़ा पीणी सी बुकना। चंगा प्रौणिया, चंगी चाह पल्या ती। दो लड्डू नहीं, डब्बा किलो। प्रभा तीन दिन हो गया हैनू, लीड़े नहीं चाहिए किते, एडे सूले बंदे। ए वी नहीं आउंदा मेरे वांगू। हाय लड्डू, मैंने भी दो लड्डू, मैं भी खाने हैं। पुत लड्डू तां दो ही सी, एक मैं खा गई, एक तेरा बाप खा रहा है, तू दे दे जी इहनू। आ ले मेरे वाला खा ला पुत। मैं नहीं खांदा। क्यों नहीं खांदा पुत, खा ला। मम्मी तू डैडी नू कुत्ता कहया सी, मैं कुत्ते वाला कादा खाना। फट लड्डू, लग गया मैनू पता किन्नी की जित है मेरी इस घर च, दफा हो तू भी। आ जा मेरा पुत, कोई ना ले मेरा शेर पुत खा ले। कोई ना पुत, कर दे ही कुत्ता है, खा ले। खा ले खा ले। ए आ रखी ते आ चक। यार भोलिया तू धोखा कीता मेरे नाल यार, धोखा कदे यार बनती है मेरी। सालियो वेलड़ो, कोई काम धंधा भी कर लिया करो, जदों वेखो इना कुत्ते कामा च लगे रहिंदे हो, ओ आउण वाले समय च गलियां च रुलोगे गलियां च, जेहो जे तुहाडे लक्षण ने। एक तो बंदे ने बड़ा दुखी किया यार, आदि पास स्कीम कोई स्कीम स्कीमा अपने को एक तो एक इल वर्गा दिमाग है तेरे भाई दा, ता ही ते बाह ते इल बनवाई आ। इल मैं कदों दोलू समझन दिया। ओ तू ऐ छड, तू मैनू ये दस जनानियां ज्यादा मर्दियां घट है यार, तू मेरे नाल गंदियां गल्लां ना कर। नहीं उदा 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 फिर मेरे मुछा ते मार दियां। यार गल तेरे बाई दी चलन दी, तू विच अपनियां मुछा वाल लियां। अच्छा उस नाल जनानियां मरदियां सूटां ते, सूटां ते बणगी गल। आपां लैने आ इक खट्टे रंग दी घैंट जी पटियाला सलवार, ते दिने आ जाके भाभी नू। ओ पुत नहीं, आपां भाभी नू सूट क्यों देवांगे, आपां भाभी नू कहांगे बाई तो मंगे नवे नवे सूट।
तेरा बाई आ कंजूस जो भाभी ने मंगने सूट ते उन्हां दे घर पै जाना कलेश ते हाडी गल बन जानी आजा फिर सदा भाभी कोले चलो चलो सैनिको ओए आ की बन डिया ले तैनूं पता नहीं अपने पिंड नवी बाबे दी जगह बन रही है ओ मत्था टेकण वाला हे बाबा साडा प्लान कामयाब करी ओ ले प्रशाद तेने सुखिया ही नहीं यार और रुक जा भरावा ला भी बढ़ गई गल ओ मिठी भाभी चका दिया फिर फूक चल अन्नी दिया उठे बह उठे फूक छका ਲਿਆ ਮੇਰੀ ਭਾਬੀ ਮੇਰੀ ਪਿਆਰੀ ਭਾਬੀ ਤੇਰੇ ਲੱਤਾਂ ਕੱਢਦੇ ਆ ਵੇ ਕੀ ਹੋ ਗਿਆ ਵੇ ਤੇ ਹੋਰ ਸਾਰਾ ਦਿਨ ਥੱਕੇ ਆਂਦੇ ਹੋਗੇ ਮੈਨੂੰ ਤਾਂ ਤਰਸ ਆਉਂਦਾ ਤੇਰੇ ਤੇ ਤੇਰੇ ਹਾਲਾਤ ਦੇਖ ਕਿਆ ਦੇਖਾ ਕਿ ਵਜੇ ਤੇਰੇ ਹੱਥ ਹੋਗੇ ਗੋਆ ਕੋੜਾ ਸਿਰ ਸਟ ਕੇ ਇਹ ਤਾਂ ਤੇਰੀ ਗੱਲ ਠੀਕ ਹੈ ਮੇਰੇ ਦਿਓਰਾ ਮੈਂ ਤਾਂ ਜਿੱਦਣ ਦੀ ਇਸ ਘਰ ਚ ਆਈ ਆ ਗੋਹਾ ਸਿਰ ਸਟ ਕੇ ਡੰਗਰਾਂ ਨਾਲ ਡੰਗਰ ਹੋਈ ਪਈ ਆ ਵੇ ਤੇ ਹੋਰ ਮੈਂ ਤਾਂ ਕਦੇ ਆਪਣੇ ਵੱਲ ਧਿਆਨ ਹੀ ਨਹੀਂ ਦਿੱਤਾ ਪੇਕੇ ਘਰ ਪਤਾ ਮੈਂ ਇੰਨੇ ਤਕੜੇ ਮਾਂ ਬਾਪ ਦੀ ਧੀ ਸੀ ਇੱਕ ਦਿਨ ਚ ਦੋ ਦੋ ਸੂਟ ਪਾਉਂਦੀ ਸੀ ਹਾਂ ਵੈਸੇ ਭਾਬੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਅੱਜ ਤੱਕ ਮੈਂ ਜਦੋਂ ਵੀ ਤੈਨੂੰ ਵੇਖਿਆ ਨਾ ਆ ਘਸੇ ਜੇ ਸੂਟ 'ਚ ਹੀ ਵੇਖਿਆ ਭਾਬੀ ਤੂੰ ਕੱਲ੍ਹ ਦੀ ਮੁਟਿਆਰਿਆ ਅੱਜ ਦੀਆਂ ਕੁੜੀਆਂ ਸ਼ਰਾਰੇ ਗਰਾਰੇ ਘੱਗਰੇ ਪਤਾ ਨਹੀਂ ਕੀ ਕੀ ਪਾਈ ਜਾਂਦੀਆਂ ਆਹੋ ਸੱਚ ਪਲਾਜੋ ਵੀ ਪਾਉਂਦੀਆਂ ਜੀ ਭਾਬੀ ਤੂੰ ਲੈ ਹਾਂ ਕੁਛ ਅੱਜ ਦਾ ਸੂਟ ਸੱਚੀ ਇਹ ਆਉਂਦਾ ਨਾ ਵੀਰ ਇਹਦੀ ਰਾਖਾਂ ਧੌਣ ਤੇ ਗੋਡਾ ਇਹਨੂੰ ਕਹਿ ਮੈਨੂੰ ਸੂਟ ਲੈ ਕੇ ਦੇ ਤਿੰਨ ਚਾਰ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਤੇ ਸੋਚ ਭਾਬੀ ਹੋਰ ਕਦੋਂ ਸੋਚਾਂਗੇ ਜਦੋਂ ਬੁੱਢੀ ਹੋ ਗਈ ਅੱਜ ਹਾਂ ਲੈਣ ਦੋ ਇਹਨੂੰ ਫਿਰ ਕੋਈ ਨਾ मैनूं नहीं पता उथे जाके चुल्हे ते देख लै डफला जाके आपे ओ की गल होई आ क्यों ज्वालामुखी फटिया अज हुण तक नहीं सी ज्वालामुखी कदे फटिया पर हुण फटू फेर पता लगू तेनू ओ मेनू पता ते लगे कादी जिद फट के बह गई हां जिद जुद दा तां मेनू पता नहीं मेनू सवेरे तीन चार सूट लै दे नहीं तां ना मैं तेनू दवां रोटी टुक ना मैं तोवां तेरा लीड़ा कपड़ा मैं पहली पासे जाऊं पेकियां नू ओ भगवान ने नाराज कत होनी आ चल मेरे नाल सवेरे शहर जिन्ने सूट कवे उन्ने लै देना हैं सच्ची सच्ची मुच्ची तू बैठ फिर मैं लेके उन्ने तेरे लिए रोटी चल ठीक है ਬਾਊ ਜੀ ਕਿੰਨਾ ਬਿੱਲ ਬਣ ਗਿਆ ਜੀ ਲਓ ਸਰਦਾਰ ਜੀ ਸਿਰ 12,000 ਰੁਪਏ 12,000 ਆ ਮੇਰੇ ਕੋਲ ਤੇ 3,000 ਹੀ ਆ ਆ 3,000 ਦਾ ਕੀ ਮਤਲਬ ਪਾਇਆ ਤੁਸੀਂ ਚਿੱਟਾ ਕੁੜਤਾ ਪਜਾਮਾ ਜੇ ਪੈਸੇ ਨਹੀਂ ਆ ਇੰਨਾ ਢੇਰ ਕਾਹਤੋਂ ਲਵਾਇਆ ਐਡੀ ਵੀ ਗੱਲ ਨਹੀਂ ਆ ਫੜੋ ਸਕੂਟਰ ਦੀ ਚਾਬੀ ਜਿੱਦਣ ਪੈਸੇ ਹੋਣਗੇ ਨਾ ਪੈਸੇ ਦੇ ਕੇ ਸਕੂਟਰ ਲੈ ਜੂੰਗਾ ਚੱਲ ਭਾਗਵਾਨੇ ਚੱਲੀਏ ਆਈਡੀ ਵੀ ਕੋਈ ਗੱਲ ਨਹੀਂ ਆ ਅਸੀਂ ਗਏ ਕੋਈ ਰੇ ਨਹੀਂ ਗੇ ਆ ਚੱਲ ਚੱਲ ਆ ਗਾਹਕਾਂ ਦੀ ਵੀ ਹੱਦ ਹੋਈ ਪਈ ਹੈ ਦੇਣੇ ਪੈਸੇ ਸੀ ਤੇ ਦੇ ਸਕੂਟਰ ਦੀ ਚਾਬੀ ਗਿਆ ਫਿਰ ਕੀ ਗੱਲ ਹੈ ਬੇਟਾ ਉਹ ਆਪਣੇ ਪੱਕੇ ਗਾਹਕ ਹੈ ਸ਼ੁਰੂ ਤੋਂ ਆਉਂਦੇ ਆ ਬੇ ਇਹਨੂੰ ਰੋਕ ਲੈਂਦਾ ਇਹਦੇ ਤੇ ਚੜ ਜਾਂਦੇ ਹੁਣ ਤਾਂ ਮੇਰੀ ਜਮੀ ਜੀਵ ਸੁੱਕ ਗਈ ਮੈਂ ਵੀ ਤੁਰਦਾ ਤੁਰਦਾ ਥੱਕ ਗਿਆ ਇੱਕ ਤੇ ਆ ਤੇਰੇ ਸਿਆਪੇ ਨੇ ਨਾ ਮੇਰਾ ਸਕੂਟਰ ਵੀ ਉੱਥੇ ਛੱਡਤਾ ਨਾ ਜਿੱਦਣ ਦੀ ਤੇਰੇ ਘਰੇ ਆਈ ਆ ਆਹ 3 ਸੂਟਾਂ 'ਚ ਰਹਿ ਗਈ ਆ ਮੈਂ ਅੱਜ ਪਤਾ ਨਹੀਂ ਇੱਕ ਸੂਟ ਦਵਾ ਕੇ ਲੈ ਕੇ ਆਇਆ ਪਤਾ ਨਹੀਂ ਨਾ ਹੁਣ ਸਿਆਪਾ ਕਰਨ ਲੱਗਿਆ ਪਿਆ ਮੇਰਾ ਹਜੇ ਤਾਂ ਮੈਂ ਜਵੱਡੇ ਤੇ ਗੋਲ ਗੱਪੇ ਵੀ ਖਾਣੇ ਸੀ ਹਾਂ ਖੋਨਾ ਤੈਨੂੰ ਗੋਲ ਗੱਪੇ
कल दा रोना कलेश पाया घर दे विच सूट लैने सूट लैने नापे नहीं सी कहंदा चल भगवान ने बाजार चलिए हां हुण रोंदा है मैं तेनू ए नहीं कहया उत्थे दुकान ही खरीद ला हैं जदों तक कहंदा आ वी ले ले चट्टू हुण क्यों कहया ने सूट दे तेरा कलेश नहीं मुकदा हाय पुत आ जा मेथों तां अपनी तुरया जांदा आ जा ए नहीं किसे नु रोकदा बड़ा कलैणा है इन्ना तेरे वास्ते करीदा तां नहीं तेरा मुंह सीधा हुंदा हैं पता नहीं कित्थों मेरे कर्मा च लिखी है होर ले कोई जड़ी आंदी है हां ले तत्ता 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 चल ओए रांझा तेरे कड़ा झांजरा पाईया ला ए तां साडी वीरो भाभी आ ए नाल करिए मस्करी पिछे पिछे माही तुरया हथ विच झोला फड़िया तुरदी ठेडा खा के मित्रो तक लो अख बचा के मित्रो मुख ते गुस्सा रंग सावला मुख ते गुस्सा रंग सावला सूट पाया पंजाबी आ हाय ए ता साडी वीरो भाभी आ किवें आ भाभीए जणा तू भी अज कर ला मस्करियां जड़ियां करनियां ने किधर नु गां बूथा चक्या आ जा बह जा गड्डे ते ओ खड़ जा भाई मैनू सीट साफ करन दे भरजाई नु बोणा ला भरजाइए बह दे और दी ओडी ते अज तो भाभी चंगी शॉपिंग करके आई है लाइफ हाँ दियोर अज तो चंगी करके आई है दियोर का ब्याह है क्यों खिजा पे तू स्कूटर भी रख लिया मेरा वे चल कोई ना छड़ा लेऊंगी तो जाके तू कितना छड़ा लेंगी पर मेरा आ सूट तो सोना ना देखी ना पाके बखाएंगी फिर आ बीरो अज बड़ी सोहनी लग रही है की गल अज बड़ा प्यार आ रहा है खैर तो हैगी है प्यार तो पहला भी आंदा सी पर हुण फिकर जी रहिंदी है ना हुण फिकर कादा है सुख नाल हुण तां अपने कोल तोता भी हैगा फिकर अपनी नहीं भोले दी रहिंदी है ओह तां है उहदे वास्ते भी कोई लभणी पऊ किन्ना चिर लोकां दिया कुत्तियां को लत्तां पड़वाउंदा फिरू ना होर कोई क्यों हैगी है मेरी भैण सुख नाल परियां तो सोहणी है आ कुड़ी कौन है पता नहीं ठीक है जी मैं चल दी हां चाची चाची ओथे पिंकी आ रही है पिंकी भाभी पिंकी कि मैं सी ब्याह करके आई सी वाह होगी गल पक्की हां होगी गल पक्की यस बोले पिंकी तू भोले घर ब्याह दा सद्दा देण आई हां आज ही ब्याह ते तू ले मैं नहीं आना ते होर किन्ने आना जरूर आवांगा मैं फुकरा चल एदा भी सुख नाल घर बस जू मुंडा सरकारी नौकरी ते लग्या होया हां ना जी सरकारी नौकरी भाभी कड़ी सरकारी नौकरी मैं ता पढ़ता हजे सालिया तेरे नाल नहीं राजस्थान च अमरजीत दा छोटा मुंडा ओ सरकारी नौकरी करदा भोला क्यों रोई जांदा करती रही कंधा ते तू चढ़दा रहा किटा तेरा कुत्ता खा गया ओनू होर कोई किदा लै जू चुप करो साले अगली ने किते ना किते ते व्याह करवाना ही ना मुंडा सरकारी नौकरी करदा ऐश करूगी सारी उम्र तुही साले वेलड़ चल कोई गल नहीं भोले हैगी है मेरी भैन सुख नाल परियां तो सोहनी है कोई ना कोई नहीं कोई नहीं बस कोई नहीं
ਖੋਲਿਆ। ਤੈਨੂੰ ਪਤਾ ਤੇਰੇ ਕੰਜੂਸ ਭਰਾ ਦਾ ਘਰ ਨਹੀਂ ਹੈਗਾ, ਤੇਰੇ ਯਾਰ ਦਾ ਘਰ ਹੈ। ਯਾਰ ਦਾ ਵੇਖ ਬੁਲਟ ਖਲੋਤਾ ਵੇਖ। ਲਵ ਜੂ ਯਾਰ ਤੇਰੇ ਨਾਲ तेनु पता एक खीरा 60 रुपये किलो है, 60 रुपये किलो। वड्डा शेर बनया फिरदा हां, कदर तेरी उन्हें कुत्ते जी ने भी नहीं पाई है। दिल टुटिया, दिल टुटिया लाया तू, बड़े पीड़ हो रही है तेरे। पीड़ तो साल पत्थरी वाले भी चीकां कढ़ाते हैं बंदे दियां। लगता फिर तेरी कदे खेड़ चुंगल नहीं आई। भोलिया तेनू मैं सही गल दसा, दुनिया से वड्डे वड्डे लोग कह गए यारो आउंदे रहने रिक्शे ते साइकल अहमदा यारो आउंदियां रहनियां कुड़ियां ते बस। तू मेरे यार तू मैनू साधा चल चल टुटा फिर दिल दिल मैनू वड्डा बना यार पैग मैनू इत्थे तक पर दे नहीं लूंगा। तैनू वड्डा पैग चाहिदा? तू केड़ा मंगना पग? पटियाला पग मंगदा? मैनू पटियाला पग? तैनू पटियाला पग नहीं दऊंगा मैं, तैनू भवानी गला पग पियाऊंगा भरा तेरा, भवानी गला पग। तू फुकरा जिड्डा वड्डा मर्जी पग पा, भवानी गल पा, गंगानगर पा, जड़ा पौना पा। ਲਖਾਲਾ ਪੁੱਤ ਬੇਬੀ ਮੇਰੇ ਨਹੀਂ ਲੱਗਦੀ ਰੋਟੀ, ਮੰਗੂ ਰੋਣ ਲੱਗਿਆ ਖਾ ਲੈ। ਬਹੁਤ ਪਿਆਰ ਕਰਦਾ ਸੀ ਮੈਨੂੰ ਯਾਰ ਭੋਲੇ, ਕਿਉਂ ਇਦਾਂ ਕਰਦਾ? ਤੈਨੂੰ ਪਤਾ ਹੈ ਨਾ ਮੈਂ ਲਵਲੀ ਨੂੰ ਕਿੰਨਾ ਪਿਆਰ ਕਰਦਾ ਸੀ, ਉਹਦੇ ਪਿਆਰ ਪਿੱਛੇ ਉਹਦੇ ਭਰਾਵਾਂ ਨੇ ਮੈਨੂੰ ਐਸ਼ ਲਿਆ ਜਿੱਦਾਂ ਕਲਗੀ ਵਾਲਾ ਕੁੱਕੜ। ਅੰਨੀ ਦਿਆ ਉੱਧਰ ਵੇਖ, ਬਸ ਫਿਰ ਖੁਸ਼ੀ ਦਾ ਮੌਕਾ ਧਰ ਲੋ ਚਾਹ।